जिधे अपने किसान भी जिन्होंने बड़ी मेहनत ना नरमा बीजा देखो पूरी बंदे जिधा नरगा हो गया ते सारी फसल तबाह हो गई। आप मैं टिंडा खोल के भी दिखा देना आ दे खोल के दिखा ऐ सारा कुछ मर्जी टिंड किधे मर्जी टिंडा फड़ लो त्या मैनू लगता है एक एकड़ मगर घट तो घट 60-70 हज़ार रुपये का नुकसान हो गया। हले तो होर भी जेड़ा जेड़े लेबर ने नरमा चुगना सी नरमा एक ऐसी फसल है जिथे पूरा पिंड ही लग जाता है परिवार सारा पिंड ही कट्ठा होके और डीकदा है कि एक साल च नरमे की फसल आऊगी चुगे सारा तबाह होया पिया। पंजाब सरकार नूं मैं बेनती करदा कि इमीजिएटली जिवें बादल साहब प्रकाश सिंह जी बादल दे समय समस्या एक बार आई सी उदों उन्होंने 800 करोड़ रुपया नरमे का मुआवजा दिता सी ते जिहड़े चुगण वालिआं नूं भी दिता सी मतलब 200-250 करोड़। जिहड़ा आ जिहड़ी अज बीमारी पई है जिहड़ा वड्डा कारण है जाली बी ते जाली दवाइयां पिछले जिहड़े सरकार जिहड़ी पंजाब दी है ਇਹ ਲੱਗਦਾ ਨਹੀਂ ਕੋਈ ਸਰਕਾਰ ਹੈ ਸਾਰੇ ਇੱਥੇ ਥੱਲੇ ਲੈਵਲ ਤੇ ਰਲੇ ਆ ਦਵਾਈਆਂ ਵਾਲੇ ਨਾਲ ਤੇ ਬੀਜ ਵਾਲੇ ਨਾਲ ਤੇ ਕਰੋੜਾਂ ਰੁਪਏ ਦਾ ਨੁਕਸਾਨ ਕਰਤਾ ਪੰਜਾਬ ਦਾ ਸਰਕਾਰ। ਜਿੱਥੋਂ ਜਿੱਥੋਂ ਜਾਲੀ ਬੀ ਆਏ ਹੈ ਐਕਸ਼ਨ ਚਾਹੀਦਾ, ਜਿੱਥੋਂ ਜਿੱਥੋਂ ਦਵਾਈਆਂ ਜਾਲੀ ਆਏ ਉੱਥੇ ਐਕਸ਼ਨ ਚਾਹੀਦਾ। ਨਵਾਂ ਮੁੱਖ ਮੰਤਰੀ ਜਿਹੜਾ ਬੈਠਾ ਉਹਨੂੰ ਬੇਨਤੀ ਹੈ ਕਿ ਆਪਣੀਆਂ ਕੁਰਸੀਆਂ ਵੰਡ ਵੁੰਡ ਕੇ ਜੋ ਜ਼ਿੰਮੇਵਾਰੀ ਹੈ ਸੰਭਾਲਣ। ਐਡਾ ਵੱਡਾ ਨੁਕਸਾਨ ਮਾਲਵੇ ਚ ਹੋਇਆ ਅੱਜ ਬਜ਼ਾਰੇ ਕਿਸਾਨ ਝੱਲ ਨਹੀਂ ਸਕਣਗੇ ਜੇ ਆਪਾਂ ਸਪੋਰਟ ਨਾ ਦਿੱਤੀ। ਸੋ ਅਸੀਂ ਡਿਮਾਂਡ ਕਰਦੇ ਹਾਂ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਮੈਂ ਡਿਮਾਂਡ ਕਰਦਾ ਸਮੁੱਚੇ ਕਿਸਾਨ ਪੰਜਾਬ ਦੇ ਡਿਮਾਂਡ ਕਰਦੇ ਆ ਕਿ ਸਾਨੂੰ ਇਹਦਾ ਮੁਆਵਜ਼ਾ ਇਮੀਡੀਏਟਲੀ ਦਿੱਤਾ ਜਾਏ ਨਹੀਂ ਤਾਂ ਵਿਚਾਰਿਆਂ ਕੋਲੇ ਪੈਸਾ ਹੀ ਨਹੀਂ ਹੋਣਾ ਕਣਕ ਬੀਜਣ ਵਾਸਤੇ। ਤੇ ਆ ਜਿਹੜੀ ਫਸਲ ਹੈ ਦੇਖੋ ਕਿੱਡੀ ਸੋਹਣੀ ਫਸਲ ਲੱਗਦੀ ਹੈ ਪਰ ਜਿਹੜਾ ਵੀ ਟਿੰਡਾ ਮੈਂ ਚੱਕਿਆ ਸਾਰੇ ਟਿੰਡੇ ਬਰਬਾਦ ਕਰਤੇ ਸੁੰਡੀ ਨੇ ਜਾਲੀ ਬੀਜ ਤੇ ਜਾਲੀ ਦਵਾਈ ਕਰਕੇ। ਸਰ ਹਲੇ ਤੱਕ ਕੋਈ ਵੀ ਕਿਸਾਨ ਕਾਰਵਾਈ ਕੀ ਹੋਣੀ ਚਾਹੀਦੀ ਇਮੀਡੀਏਟਲੀ ਕੇਸ ਰਜਿਸਟਰ ਹੋਣਾ ਚਾਹੀਦਾ ਪਤਾ ਕਰੋ ਕਿਨੇ ਜਾਲੀ ਬੀਜ ਭੇਜਿਆ ਕਿੱਥੋਂ ਆਏ ਆ ਉਸ ਤੇ ਰਕਬਾ ਕਿੰਨਾ ਕੁ ਤੁਹਾਡੀ ਨਜ਼ਰ ਮੈਨੂੰ ਲੱਗਦਾ ਜਿਵੇਂ ਆਪਾਂ ਦੇਖਿਆ ਕਿ ਮੈਂ ਜਿਵੇਂ ਪਤਾ ਕਰਦਾ ਦੇਖ ਆ ਤਾਂ ਸਾਰਾ ਹੀ ਲੱਗ ਰਿਹਾ ਮੈਨੂੰ ਲੱਗਦਾ ਮੈਨੂੰ ਲੱਗਦਾ ਹਜ਼ਾਰਾਂ ਏਕੜ ਹੋਣੇ ਆ ਲੱਖ ਏਕੜ ਵੀ ਹੋ ਸਕਦਾ ਲੱਖ ਤੋਂ ਏਕੜ ਹੋ ਸਕਦਾ ਇੱਕ ਵਾਢੇ ਤੋਂ ਦੇਖ ਲਓ ਕੋਈ ਮਰਜ਼ੀ ਟਿੰਡਾ ਲੈ ਲਓ ਉੱਤੋਂ ਲੱਗਦਾ ਬੂਟਾ ਐ ਲੱਗਦਾ ਵੀ ਠੀਕ ਹੈ ਪਰ ਅੰਦਰੋਂ ਆ ਆ ਦੇਖੋ ਜਿਵੇਂ ਉੱਤੋਂ ਲੱਗਦਾ ਬੜੇ ਸਾਫ਼ ਐ ਕੋਈ ਵੀ ਟਿੰਡਾ ਨਹੀਂ ਹੈ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਸਾਫ਼ ਨਿਕਲ ਰਿਹਾ ਸਰ ਕਿਸਾਨ ਆਪਣੀ ਫਸਲ ਵਾਲ ਨੂੰ ਤੇ ਰੋ ਰਿਹਾ ਆਪਣੀ ਮੈਂ ਉਹੀ ਕਹਿ ਰਿਹਾ ਵਿਚਾਰਾ ਕਰੇ ਕੀ ਹੁਣ ਉਹਨੂੰ ਵਿਚਾਰੇ ਨੂੰ ਅੱਗੇ ਕਣਕ ਦੀ ਫਸਲ ਦੀ ਡੀਕ ਹੈ ਉਹ ਸਾਰਾ ਕੁਝ ਨਰਮੇ ਦੀ ਫਸਲ ਇੱਕੋ ਹੁੰਦੀ ਹੈ ਕੈਸ਼ ਕ੍ਰੋਪ ਕਹਿੰਦੇ ਹੁੰਦੇ ਆ ਜਿੱਥੇ ਕਾਫੀ ਪੈਸਾ ਕਿਸਾਨ ਨੂੰ ਬਚਦਾ ਹੈ ਉਹਦੇ ਨਾਲ ਆਪਣੀ ਕਣਕ ਤੇ ਦੂਜੀ ਫਸਲ ਲਗਾਉਂਦਾ ਹੈ ਨਾਲੇ ਪਿੰਡ ਵਾਲੇ ਵੀ ਮੈਂ ਜਿਵੇਂ ਪਹਿਲੇ ਕਿਹਾ ਡੀਕਦੇ ਹੁੰਦੇ ਆ ਕਿ ਨਰਮੇ ਦੀ ਫਸਲ ਸਾਰਾ ਪਿੰਡ ਹੀ ਚੋਣੀਆਂ ਤੇ ਜਾਊਗਾ ਤੇ ਨਰਮਾ ਚੁਗੂਗਾ ਇੱਕ ਇੱਕ ਘਰ ਨੂੰ 15-15-20 ਹਜ਼ਾਰ ਰੁਪਇਆ ਮਹੀਨੇ ਦਾ 2-3 ਮਹੀਨੇ ਕਮਾ ਲੈਂਦੇ ਸਰ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਮੁੱਖ ਮੰਤਰੀ ਜਿਹੜੇ ਨਵੇਂ ਬਣੇ ਉਹ ਭੰਗੜੇ ਪਾ ਰਹੇ ਆ ਹਲੇ ਤੱਕ ਵਿਜ਼ਿਟ ਨਹੀਂ ਕੀਤਾ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੁੱਖ ਮੰਤਰੀ ਨੂੰ ਆਪਣੀਆਂ ਲੜਾਈਆਂ ਬੰਦ ਕਰਨ ਸਭ ਤੋਂ ਪਹਿਲੇ ਇਮੀਡੀਏਟਲੀ ਖਜ਼ਾਨੇ ਤੋਂ 500-700 ਹਜ਼ਾਰ ਕਰੋੜ ਜਿੰਨਾ ਹੈ ਕੰਪਨਸੇਸ਼ਨ ਦੇਣ ਖੇਤ ਮਜ਼ਦੂਰ ਨੂੰ ਵੀ ਜਿਹਨੇ ਨਰਮਾ ਚੁਗਣਾ ਸੀ ਉਹਨੂੰ ਵੀ ਕੰਪਨਸੇਸ਼ਨ ਜਿਵੇਂ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੇ ਨਾਲੇ ਕਿਸਾਨ ਨੂੰ ਸਖਵੀ ਜੀ ਮਾਨਸਾ ਦੇ ਪਿੰਡ ਵਿੱਚ ਜ਼ਿਆਦਾ ਜਿਹੜਾ ਸਾਹਿਬ ਨੇ ਇੱਧਰ ਤੇ ਕਿਹਾ ਸਰ ਜੀ ਤੇ ਤੁਹਾਡੀ ਸਰਕਾਰ ਆਉਂਦੀ ਹੈ ਇੰਨੇ